ਪਾਨਾ ਦੀ ਦੁਕਾਨ ਪਾਨਾ ਦੀ ਦੁਕਾਨ ਤੋਂ ਮਾਰ ਕੇ ਔਰ ਇਹਨੂੰ ਕਹਿੰਦੇ ਕੈਪਟਨ ਸਿਗਰਟ ਦੇ ਕਹਿੰਦੇ ਸ਼ਾਰ ਕਹਿੰਦੇ ਪਲਾਸਮ ਫਰਕ ਦੇ ਦਿਓ ਫਿਰ ਹੋ ਗਿਆ ਤੇਰਾ ਜਿਵੇਂ ਪਤੀਲੀ ਨੂੰ ਚਿੱਬ ਪਿਆ ਹੁੰਦਾ ਲੋਟੇ ਚ ਮਸਰ ਪਏ ਹੁੰਦੇ ਨੇ ਗੱਬਰ ਦੇ ਆਲੇ ਦੁਆਲੇ ਫਿਰੀ ਆ ਰਹੀ ਮੈਂ ਕਿਹਾ ਕਿ ਕਹਿੰਦੀ ਮੁਰਦੀ ਸਾਈਡ ਵਾਲੀ ਜੇਬ ਲੱਭ ਰਹੀ ਹਾਂ ਮੈਂ ਚਲੋ ਮੂੰਹ ਵੇਖੋ ਜਿਵੇਂ ਜੇਬ ਚ ਸੁਰਮਾ ਪਾਇਆ ਹੁੰਦਾ ਤੁਸੀਂ ਆਪਣਾ ਮੂੰਹ ਵੇਖਿਆ ਇੰਜ ਜਿਵੇਂ ਨਿੱਬੂ ਨੂੰ ਵੱਟ ਪਿਆ ਤੁਹਾਡਾ ਮੂੰਹ ਦਾਦਾ ਮਰ ਗਿਆ ਤੇ ਕਿਸੇ ਨੇ ਪੁੱਛਿਆ ਕਿ ਕਹਾਂ ਦਫਨਾਣਾ ਕਹਿੰਦੀ ਬਾਬਾ ਜੀ ਸਿਆਲਕੋਟ ਜੀ ਜੀ ਤੈਨੂੰ ਲਿਆਉਣੀ ਮੈਂ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਲੈਲਾ ਜੱਟੀ ਔਫੀਸ਼ੀਅਲ ਤੇ ਮੈਂ ਤੁਹਾਡੀ ਹੋਸਟ ਲੈਲਾ ਜੱਟੀ ਤੇ ਅੱਜ ਦਾ ਸਾਡਾ ਸਵਾਲ ਬਹੁਤ ਹੀ ਮਜ਼ੇਦਾਰ ਤੇ ਅੱਜ ਮੈਂ ਸ਼ੁਰੂ 'ਚ ਨਹੀਂ ਦੱਸਾਂਗੀ ਤੇ ਆਪਾਂ ਪਹਿਲੇ ਪੁੱਛਨੇ ਆ ਪਹਿਲੇ ਸਵਾਲ ਆ ਨਾ ਠੀਕ ਹੈ ਅਸਲਾਮ ਵਾਲੇਕੁਮ ਸਲਾਮ ਕੀ ਹਾਲ ਤੁਹਾਡਾ ਬਹੁਤ ਠੀਕ ਠਾਕ ਤੁਸੀਂ ਸੁਣਾਓ ਮੈਂ ਠੀਕ ਜਾਣਾ ਅੱਛਾ ਮੁਖਬਰੀ ਕਰਕੇ ਆਇਆ ਪਲੈਨਿੰਗ ਨਹੀਂ ਕਰਕੇ ਆਇਆ ਕਿਉਂਕਿ ਤੁਹਾਡੀ ਦੂਰੋਂ ਬੋ ਆ ਗਈ ਸੀ ਮੈਨੂੰ ਤੁਸੀਂ ਆਣਾ ਤੂੰ ਲੱਗਦਾ ਮੇਰਾ ਪਿਛਲਾ ਸ਼ੋਅ ਜ਼ਰਾ ਗੌਰ ਨਾਲ ਦੇਖ ਐਡੇ ਕਮਜ਼ੋਰ ਲੱਗ ਰਹੇ ਐਵੇਂ ਲੱਗ ਰਹੇ ਜਿਵੇਂ ਹੈਂਗਰ ਨਾਲ ਮਾਈ ਟੰਗੀ ਹੈ ਹੈਂਗਰ ਨਾਲ ਮਾਈ ਵਾਲਾ ਪੁਰਾਣਾ ਨਹੀਂ ਹੋ ਗਿਆ ਨਹੀਂ ਨਹੀਂ ਆ ਨਵਾਂ ਕੱਢਿਆ ਨਵਾਂ ਨਹੀਂ ਪੁਰਾਣਾ ਹੋ ਗਿਆ ਪਿਛਲੇ ਸ਼ੋਅ 'ਚ ਹੋ ਚੁੱਕੇ ਚਲੋ ਮੂੰਹ ਵੇਖੋ ਜਿਵੇਂ ਜੇਬ 'ਚ ਸੁਰਮਾ ਪਾਇਆ ਹੁੰਦਾ ਤੁਸੀਂ ਆਪਣਾ ਮੂੰਹ ਵੇਖਿਆ ਇੰਜ ਜਿਵੇਂ ਨਿੱਬੂ ਨੂੰ ਵੱਟ ਪਿਆ ਤੁਹਾਡਾ ਮੂੰਹ ਵੀ ਐਵੇਂ ਜਿਵੇਂ ਚਿਮਟੇ ਨਾਲ ਵੇਲਾਂ ਫੜੀਆਂ ਹੁੰਦੀਆਂ ਸਾਡਾ ਵੀ ਇੰਜ ਜਿਵੇਂ ਬੈਂਗਣ ਦਾ ਭੜਥਾ ਹੁੰਦਾ ਬਹੁਤ ਅੱਛੀ ਐਂਕਰ ਹੈ ਬਹੁਤ ਹੀ ਅੱਛੀ ਐਂਕਰ ਹੈ ਬਰਗਰ ਦੇ ਵਿੱਚ ਦੁਆਣਾ ਜੀ ਫਾੜੀ ਪਾ ਕੇ ਖਾ ਰਹੀ ਹੈ ਤੂੰ ਜਿਹੜੇ ਅੰਬ ਲਾਉਂਦਾ ਰਿਹਾ ਵਿੱਚ ਜੁੱਤੀ ਵਾਲੀ ਦੁਕਾਨ ਪਈ ਤੇ ਇੱਕ ਬੁੱਢੀ ਆ ਕੇ ਪੁੱਛਦੀ ਤੁਹਾਡੇ ਕੋਲ ਕਿੰਨੇ ਕੁ ਜੋੜੇ ਹੈ ਕਹਿੰਦੀ ਹੈ 4-5 ਜੋੜੇ ਕਹਿੰਦੀ ਫਿਰ ਬਾਹਰ ਕੱਢ ਕੇ ਬਾਂਦਰ ਕਿੱਲਾ ਖੇਲੋ ਪਤਾ ਕੀ ਜੇ ਤੂੰ ਜੁੱਤੀਆਂ ਕਹਿੰਦਾ ਤਾਂ ਚੱਲ ਜਾਣਾ ਸੀ ਬਾਂਦਰ ਕਿੱਲਾ ਨਾ ਜੁੱਤੀਆਂ ਨਾਲ ਖੇਡਿਆ ਜਾਂਦਾ ਹੈ ਇਹ ਕੱਪੜਿਆਂ ਵਾਲਾ ਤੁਹਾਡੇ ਘਰ 'ਚ ਘਰ ਦਾ ਰਿਵਾਜ਼ ਹੋਣਾ ਨਾ ਅਗਰ ਗੁੱਸਾ ਕਰਨ ਦੀ ਗੱਲ ਤੁਹਾਡੇ ਘਰ 'ਚ ਰਿਵਾਜ਼ ਹੋਣਾ ਨਾ ਨਸਲੀ ਕੂੜਾ ਚੁਗਦੀ ਸੀ ਤੇ ਬੋਰੇ ਪਿੱਛੇ ਲੁਕੋਇਆ ਇਸ ਕੇ ਇਲਾਵਾ ਮਾਰੀ ਕੋਈ ਬ੍ਰਾਂਚ ਨਹੀਂ ਹੋਰ ਤੁਸੀਂ ਵੀ ਲੋਕ ਆਮਦ ਨਹੀਂ ਆ ਰਹੀ ਰਕਸ਼ਾ ਲੈਣ ਗਿਆ ਸਾਡਾ ਉਸਤਾਦ ਰਕਸ਼ਾ ਲੈਣ ਗਿਆ ਆਮਦ ਉਹਨੇ ਆ ਰਹੀ ਠੀਕ ਹੈ ਬੈਂਕ ਦੀ ਕੈਸ਼ ਵਾਲੀ ਗੱਡੀ 'ਚ ਲਾਉਂਦੀ ਸੀ ਅਤੇ ਨਾਲ ਮੰਡੀ ਦੇ ਫੇਰੇ ਵੀ ਲਾਉਂਦੀ ਸੀ ਅਤੇ ਲੱਖਾਂ ਰੁਪਈਆਂ ਦੇ ਉੱਤੇ ਆਲੂ ਵਾਲੀ ਬੋਰੀ ਸੁੱਟੀਆਂ ਨੇ ਲੱਖਾਂ ਰੁਪਈਆਂ ਦੇ ਉੱਤੇ ਆਲੂ ਵਾਲੀ ਬੋਰੀਆਂ ਸੁੱਟੀਆਂ ਨੇ ਕਦੇ ਲੱਖ ਵੇਖੇ ਬੈਂਕ 'ਚ ਲਵਾ ਤੇ ਉਹਨਾਂ ਨੇ ਬੜਾ ਕੁੱਟਿਆ ਉੱਥੇ ਗਾਣਾ ਕੀ ਗਾਉਂਦੀ ਹੈ ਅੱਗ ਨੋਟਾਂ ਨੂੰ ਲਾ ਦੇ ਅੱਛਾ ਚਲੋ ਬਹੁਤ ਜੁਗਤਾਂ ਹੋ ਗਈਆਂ ਇੱਕ ਸਾਈਡ ਦਾ ਨਫਾ ਟੁੰਗਿਆ ਹੁੰਦਾ ਆਪਣਾ ਮੂੰਹ ਵੇਖਿਆ ਜਿਵੇਂ ਨਾਲਾ ਉਹ ਮੈਲਾ ਹੋਇਆ ਮੈਲਾ ਹੈ ਸੁੱਕੀ ਨਹਿਰ ਤੇ ਕੱਚੇ ਤੂੰ ਏਦਾਂ ਜਿਵੇਂ ਤੁਸੀਂ ਦੱਸ ਇੱਕ ਮਿੰਟ ਚੁੱਪ ਕਰ ਸੁੱਕੀ ਨਹਿਰ ਤੇ ਕੱਚੇ ਵੇਚਣ ਵਾਲਾ ਲੱਗ ਰਿਹਾ ਬਾਕਸਰ ਸੀ ਤੇ ਕੁਛ ਨਹੀਂ ਗਾ ਸੀ ਬਹੁਤ ਗਰੀਬ ਸੀ ਬਾਕਸਰ ਸੀ ਤੇ ਮਤਲਬ ਬਾਕਸਰ ਸਿੱਖ ਲੈ ਬਾਕਸ ਕਹਿਣਾ ਬਾਕਸਰ ਕਹਿ ਗਏ ਸੀ ਤੇ ਬਹੁਤ ਗਰੀਬ ਬਾਕਸਰ ਹੀ ਗਏ ਸੀ ਤੇ ਬਹੁਤ ਗਰੀਬ ਸੀ ਕੁਛ ਨਹੀਂ ਲੱਭਿਆ ਤੇ ਮਿੱਠਾ ਲਾ ਕੇ ਚਲੇ ਗਏ ਓ ਨੋ ਬੈਡ ਤੇ ਆ ਮੂੰਹ ਇਦਾਂ ਹੀ ਚਿਪਕਲੀ ਘੁਮਾ ਕੇ ਕੰਧ 'ਚ ਮਾਰੀ ਤਾਂ ਮੂੰਹ ਵੀ ਐਵੇਂ ਜਿਵੇਂ ਕੁੱਬਾ ਖੁਸਰਾ ਹੁੰਦਾ ਹੈ ਤੁਹਾਡਾ ਮੂੰਹ ਇਦਾਂ ਜੇ ਕੁੱਬੀ ਮਾਰੀ ਕਰੋ ਮੈਨੂੰ ਜੁਗਤਾਂ ਪਵਾ ਬੈਡ ਦੇ ਆਲੇ ਚਪੇਟਾਂ ਪਵਾਓ ਕਿ ਲਿੱਤਰ ਪਵਾਓ ਆਮ ਕੋਲੋਂ ਬੈਡ ਦੇ ਆਲੇ ਦੁਆਲੇ ਚੀਨੀ ਪਾ ਕੇ ਲੇਟੀ ਹੋਈ ਮੈਂ ਕਿਹਾ ਕਿ ਚੀਨੀ ਕਾਹ ਤੂੰ ਬਈ ਕਹਿੰਦੀ ਮਿੱਠੀ ਨੀਂਦ ਆਏਗੀ ਤੇ ਤੂੰ ਜਿਹੜੀਆਂ ਮਿਰਚਾਂ ਡੋਲ ਕੇ ਵੀ ਲੇਟਿਆ ਸੀ ਉਹ ਹਾਂ ਤੂੰ ਕੀ ਗੁੱਸਾ ਕਾਹਦਾ ਨਹੀਂ ਹੈ ਤੇ ਦੱਸ ਕਰੋੜਾਂ ਕਿਉਂ ਖਰਬਾਂ ਨੇ ਤੁਸ ਕਰੋ ਸਰਚ ਅੱਛਾ ਜੀ ਹੁਣ ਤੂੰ ਸਵਾਲ ਦਾ ਜਵਾਬ ਦੇ ਕਿ ਔਰਤ ਦੇ ਜਿਸਮ ਦਾ ਕਿਹੜਾ ਹਿੱਸਾ ਤੂੰ ਚੁੱਪ ਕਰ ਚਰੇਲ ਦਾ ਪੌਂਚਾ ਹੁੰਦਾ ਹੈ ਇੱਧਰ ਵੇਖ ਲਓ ਹਰਾਮ ਜਾਨਵਰ ਦਾ ਪੈਰ ਹੁੰਦਾ ਹੈ ਜੁਗਤਾਂ ਥੋੜੀਆਂ ਮਾਰੀਆਂ ਤੂੰ ਮਰੇ ਕਿੱਡੀ ਤੂੰ ਮਿੱਡੀ 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 ਮਿਸ ਸਹੀ ਸਹੀ ਕਹਿਣਾ ਸਹੀ ਚਲੋ ਹੁਣ ਚੁੱਪ ਕਰ ਜੋ ਰਾਸ਼ਨਾ ਪਾਓ ਮੈਨੂੰ ਵੀ ਆਉਂਦੀਆਂ ਜੁਗਤਾਂ ਲਾਣੀਆਂ ਆ ਰਹੀ ਸਮਝ ਭੈਣ ਦੀ ਸ਼ਰਟ ਪਾ ਕੇ ਆ ਗਏ ਆ ਤੈਨੂੰ ਸ਼ਰਮ ਨਹੀਂ ਤੁਹਾਨੂੰ ਕਿੰਨਾ ਵੱਡਾ ਘਰ ਦਾ ਹੀ ਚੋਰ ਹੈ ਤੂੰ ਲੰਡੇ ਚ ਆ ਲੋਨ ਨਹੀਂ ਮਿਲਦੀ ਅੱਛਾ ਜੀ ਲੰਡੇ ਚ ਆ ਹੀ ਮਿਲਦੀ ਆ ਇਹਨੂੰ ਜਰਸੀ ਕਪੜਾ ਪੀਰ ਮੱਕੀ ਬੂਟ ਪਏ ਨੇ ਤੁਸੀਂ ਪੀਰ ਮੱਕੀ ਬੂਟ ਸ਼ੂਟ ਨਹੀਂ ਹੁੰਦੇ ਤੂੰ ਜਿਹੜੇ ਪੀਰ ਮੱਕੀ ਬੂਟ ਅੱਛਾ ਜੀ ਚਲੋ ਲੱਗਦਾ ਗਾਰੇ ਚ ਹੁਣੇ ਡੋਬ ਜਿਹੜਾ
रोगन किया मरे अच्छा सवाल का जवाब अपनी बकवास करनी तो कर ले नहीं 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 करनी बकवास कर ले दो मिनट और जा फिर वॉशरूम खाओ कोई जेंट्स खाना लेडीज को चित्र ना खा के आ जाए जा दो मिनट दिते तानू सवाल दे करो सवाल है कि औरत दे जिस्म दा केड़ा हिस्सा जड़ा खा भी सकदे खा भी सकने हैं हां जी आगे तुसी कैसी ला भी सकने हैं खा भी सकदे ਮਨੂੰ ਉਹ ਫੁੱਲ ਲੱਗਦੇ ਨੇ ਮਿੱਠੇ ਨੇ ਨਾ ਖਾ ਵੀ ਸਕਨੇ ਤੇ ਲਾ ਵੀ ਸਕਨੇ ਫੁੱਲ ਤੇ ਆਈ ਨਹੀਂ ਫੁੱਲ ਤੇ ਆਈ ਨੇ ਕਿਤੇ ਖਵਾ ਤੇ ਨਹੀਂ ਬੈਠਾ ਮਰੇ ਟਾਈਮ ਨਾਲ ਗੱਬਰ ਦੇ ਹਲੇ ਤੋਲੇ ਫਰੀ ਆ ਰਹੀ ਮੈਂ ਕਿਹਾ ਕਿ ਕਹਿੰਦੀ ਮੁਰਦੀ ਦੀ ਸਾਈਡ ਵਾਲੀ ਜੇਬ ਲੱਭ ਰਹੀ ਆ ਮੈਂ ਦਾਦਾ ਮਰ ਗਿਆ ਤੇ ਕਿਸੇ ਨੇ ਪੁੱਛਿਆ ਕਿ ਕਹਾਂ ਦਫਨਾਣਾ ਕਹਿੰਦੀ ਬਾਬਾ ਜੀ ਸਿਆਲਕੋਟ ਸਹੀ ਜੁਗਤੀ ਲੱਗਦਾ ਮੈਨੂੰ ਕੋਈ ਹੋਰ ਜੁਗਤੀ ਚਾਹੀਦਾ ਤੇਰੇ ਨਾਲ ਜਿਹੜੀ ਜੁਗਤਾਂ ਲਾਏ ਮੈਂ ਨਹੀਂ ਜਾਣਦਾ ਕਿਉਂ ਇਹਨੇ ਕੀ ਮੈਨੂੰ ਸਵਾਲ ਦਾ ਨੋਟ ਦਿੱਤਾ ਨਹੀਂ ਕੀ ਮੈਨੂੰ ਦਿੱਤਾ ਉਹਨੂੰ ਮੈਂ ਥੈਂਕ ਯੂ ਕਰਾਂ ਇੱਕ ਮੈਂ ਬਿਸਤੀ ਕਰਾਵਾਂ ਇੱਕ ਮਿੰਟ ਦੇਖੋ ਬਿਸਤੀ ਕਰਾਵਾਂ ਉਹ ਤੋਂ ਇਹਨੂੰ ਮੈਂ ਥੈਂਕ ਯੂ ਬੋਲਾਂ ਕੀ ਹੋ ਗਿਆ ਉਸਤਾਦ ਕੋਈ ਨਹੀਂ ਤੁਹਾਡਾ ਘੱਟ ਨਹੀਂ ਹੋਣਾ ਉਹਨੂੰ ਤਾਂ ਦੋ ਚਾਰ ਘਸੁੰਨ ਦੇਣੇ ਚਾਹੀਦੇ ਨੇ ਆਹ ਵੱਖੀ 'ਚ ਪੈਣ ਉੱਡਦਾ ਉਹ ਮੁਲਕ 'ਚ ਜਾਏ ਠੀਕ ਹੈ ਜਦੋਂ ਮੈਂ ਇੱਕ ਮਾਰਨਾ ਤੇਰਾ ਦੂਜਾ ਰਹਿਣਾ ਹੀ ਨਹੀਂ ਘਸੁੰਨ ਜੀ ਜੀ ਸੁਸਾਈਡ ਹੋ ਗਈ ਹੈ ਇਹ ਕੀ ਹੋਇਆ ਨੋਬਿਤਾ ਦੀ ਐਨਕ ਕੜ ਗਈ ਹੈ ਲੱਗਦਾ ਸ਼ਰਾਰ ਦੇ ਨੇਫੇ 'ਚ ਐਨਕ ਕੜ ਗਈ ਹੈ जी अस्सलाम वालेकुम वालेकुम सलाम की हाल था ठीक ये ठुमका लान लगे हो टाका ते आ चढ़ा लई सवाल है तो औरत दे जिस्म दा केड़ा हिस्सा या खा भी सकदे खा भी सकदे हां जी हां जी हां जूती जिस्म दे हिस्से ते जेड़ा खा भी सकदे कान खादे कदे आहो मेरा कान खा रहे हो कदों दे मैं कदों दे खा रही कान तू सवाल दा जवाब दे मेनू के जुगता मार केड़ा आंदा मेनू जुगता लाई जांदा कान ही खा सकने और की खा सकने और तो कोई चलो किसी और नु पुछ लेने तू ए लगदा ही यही है मेरे बड़ियां जुगता बज गईयां अज कोई चाह पिया हुण जुगता 35 रुपए दा 5-5 पा के मेनू दो 35 नाजरीन अज का प्रोग्राम तुहानू बहुत ही वधिया लग्या इंशाल्लाह असीं दुबारा फिर हाजिर होवांगे नवे प्रोग्राम लई तब लई अल्लाह हाफिज मैं रोज रोज नहीं कहना बई चैनल मैनूं बड़ी चिड़ चढ़दी जी अच्छा एक मिनट ਤੁਹਾਡੇ ਵੱਲ ਇੱਕ ਮਿੰਟ ਮੇਰੇ ਪਿੱਛੇ ਉਸਤਾਦ ਹੁੰਦਾ ਤੁਹਾਨੂੰ ਨਹੀਂ ਪਤਾ ਇਹਦਾ ਨਾਂ ਕੀ ਹੈ ਕਾਸ਼ਫ ਗੁਲਜ਼ਾਰ ਅੱਜ ਮੈਂ ਦੱਸਤਾ ਮੈਂ ਬਾਏ ਬਾਏ ਇੱਕ ਗੱਲ ਕਹਿਣੀ ਸੀ ਨਾਜ਼ਰੀਨ ਨੂੰ ਚੈਨਲ ਸਬਸਕ੍ਰਾਈਬ ਕਰਨਾ